ट्रक वर्ल्ड शो ते जिथे पंजाबियों ने धूमा पाइया हुई हर एक जगह से इतने ही पाइया हुई वर्ल्ड वाइड कैरे तो परमजीत सत श्रीकाल जी की हाल चाल कि बहुत वह की हाल चाल कि लग रहा शो ਸਾਡੇ ਯਾਰਡ ਹੈਗੇ ਆ ਲੰਡਨ ਹੈਗਾ ਇੱਥੇ ਬੋਲਟਨ ਹੈਗਾ ਮਾਊਂਟਨ ਹੈਗਾ ਨਿਊ ਮਾਰਸਵਿਕ ਤੇ ਬਿਨੀਪੈਗ ਮੈਨੀਟੋਬਾ ਸੋ ਕਿਸੇ ਵੀ ਯਾਰਡ ਤੋਂ ਕੰਮ ਕਰਨਾ ਹੋਵੇ ਮਿਸ਼ੀਗਨ ਚ ਵੀ ਹੈਗਾ ਸੋ ਕਿਸੇ ਵੀ ਯਾਰਡ ਤੋਂ ਕੰਮ ਕਰਨਾ ਕਰ ਸਕਦੇ ਨੇ ਪੈਗ ਹੋਵੇ ਚਾਹੇ ਮਿਸ਼ੀਗਨ ਹੋਵੇ ਸਾਰੇ ਪਾਸੇ ਕੰਮ ਕਰ ਸਕਦੇ ਡਰਾਈਵਰਸ ਦੀ ਲੋੜ ਆ ਲੋੜ ਤਾਂ ਹਰ ਵਕਤ ਹੀ ਰਹਿੰਦੀ ਹੈ ਡਰਾਈਵਰਾਂ ਦੀ ਜੀ ਸਿੰਗਲ ਟੀਮ ਚੰਗੇ ਡਰਾਈਵਰਾਂ ਦੀ ਚੰਗੇ ਡਰਾਈਵਰਾਂ ਦੀ ਡਰਾਈਵਰ ਹਰ ਇੱਕ ਚੰਗਾ ਬਣਨਾ ਚਾਹੁੰਦਾ ਤੁਸੀਂ ਡਰਾਈਵਰ ਦੀ ਲੋੜ ਕਰਤੀ ਆ ਆ ਪੁੱਤ ਮੇਰਾ ਕੀ ਕਰਦਾ ਤੁਸੀਂ ਡਰਾਈਵ ਕਰਦੇ ਕਿ ਕੰਮ ਕਰਦੇ ਮੈਂ ਸੇਫਟੀ ਐਂਡ ਕੰਪਲਾਈਂਸ ਡਿਪਾਰਟਮੈਂਟ ਦੇ ਵਿੱਚ ਆ ਜੀ ਮੈਂ ਡਰਾਈਵਰ ਰਿਕਰੂਟਿੰਗ ਤੁਹਾਡਾ ਤੁਹਾਡਾ ਬਹੁਤ ਕੰਮ ਔਖਾ ਮੈਂ ਪਿੱਛੇ ਹੋ ਜਾਂਦਾ ਸੋ ਕਹਿਣਾ ਮੰਨ ਲੈਂਦੇ ਆ ਕਹਿਣਾ ਘੱਟ ਮੰਨਦੇ ਆ ਪਰ ਮੰਨ ਲੈਂਦੇ ਆ ਮਨਾਉਣੇ ਪੈਂਦੇ ਮਨਾਉਣੇ ਪੈਂਦੇ ਸੇਫਟੀ ਇਜ਼ ਅ ਮਸਟ ਸੋ ਸੇਫਟੀ ਕੰਪਲਾਈਂਸ ਵਿੱਚ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਮੈਨੂੰ 2 ਸਾਲ ਤੋਂ ਵੱਧ ਹੋ ਗਏ ਜੀ ਸਭ ਤੋਂ ਔਖਾ ਕੰਮ ਕਿਹੜਾ ਕਿਸ ਚੀਜ਼ ਤੋਂ ਮਨਾਉਣ ਤੇ ਸਭ ਤੋਂ ਔਖਾ ਕੰਮ ਵੀ ਡਰਾਈਵਰ ਸਿੱਧੇ ਚੱਲਣ ਕੋਈ ਚੀਟਿੰਗ ਨਾ ਕਰਨ ਤੇ ਡਿਸਪੈਚ ਦੇ ਨਾਲ ਕੋਆਰਡੀਨੇਸ਼ਨ ਸਭ ਤੋਂ ਔਖੀ ਆ ਜੀ ਹਾਂ ਹਰ ਇੱਕ ਸਵਾਲ ਦਾ ਜਵਾਬ ਹੁੰਦਾ ਜੇ ਸਵਾਲ ਦਾ ਜਵਾਬ ਪਿਆਰ ਨਾਲ ਲੈ ਲਓ ਤੇ ਪਿਆਰ ਨਾਲ ਜਵਾਬ ਮਿਲਦਾ ਪਤਾ ਨਹੀਂ ਕਿਹੜੇ ਵੇਲੇ ਲੋਡ ਤੇ ਡਾਇਰੈਕਸ਼ਨ ਕਿੱਧਰ ਨੂੰ ਚੇਂਜ ਹੋ ਜਾਣੀ ਹੈ ਬਿਲਕੁਲ ਸਹੀ ਗੱਲ ਕੰਪਨੀ ਵਧੀਆ ਚੱਲ ਰਹੀ ਹੈਗੀ ਆ ਕੰਪਨੀ ਬਹੁਤ ਵਧੀਆ ਚੱਲ ਰਹੀ ਹੈ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੈਨੇਡਾ ਵਿੱਚ ਆਇਆ ਨੂੰ ਮੈਨੂੰ ਆਲਮੋਸਟ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਸੋ ਸਿੱਧਾ ਟਰੱਕਿੰਗ ਵਿੱਚ ਆਏ ਫਿਰ ਬਾਅਦ ਚ ਮੈਂ 3 ਸਾਲਾਂ ਤੋਂ ਵਰਲਡ ਵਾਈਡ ਦੇ ਨਾਲ ਕੰਮ ਕਰ ਰਿਹਾ 3 ਸਾਲ ਤੋਂ ਵੱਧ ਟਾਈਮ ਹੋ ਗਿਆ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸੋ ਮੈਨੂੰ ਪਤਾ ਬੱਚੇ ਸਾਰੇ ਆਪਣੇ ਇੰਡੀਆ ਕੱਖ ਨਹੀਂ ਹੈਗਾ ਸਾਰੇ ਆ ਜਾਓ ਇੱਥੇ ਜਿਹੜੀਆਂ ਕੰਪਨੀਆਂ ਹਾਇਰ ਕਰਦੀਆਂ ਇਹਨਾਂ ਨੂੰ ਸਾਂਭਦੀਆਂ ਮੈਂ ਕਹਿੰਦਾ ਉਹ ਕੰਪਨੀਆਂ ਨੂੰ ਰੱਬ ਰਾਜ ਖੁਸ਼ੀ ਰੱਖੇ ਤੇ ਤੁਹਾਨੂੰ ਵੀ ਰਾਜ ਖੁਸ਼ੀ ਰੱਖੇ ਤੁਸੀਂ ਯੰਗ ਹੋ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇੱਥੇ ਤੁਸੀਂ ਕਮਾ ਵੀ ਬਹੁਤ ਸਕਦੇ ਹੋ ਤੇ ਗਵਾ ਵੀ ਬਹੁਤ ਸਕਦੇ ਹੋ ਜੇ ਚੰਗੇ ਤਰੀਕੇ ਨਾਲ ਚੱਲੋਗੇ ਪੈਸਾ ਬਹੁਤ ਕਮਾਓਗੇ ਪੈਸਾ ਬਹੁਤ ਕਮਾ ਸਕਦੇ ਆ ਜੀ ਬਿਲਕੁਲ ਸਹੀ ਗੱਲ ਹੈ ਆਪਣਾ ਸਿੰਸੀਅਰ ਹੋ ਕੇ ਚੱਲੋ ਕੋਈ ਓਨੈਸਟੀ ਦੇ ਨਾਲ ਕੰਮ ਕਰੋ ਹਾਰਡ ਵਰਕ ਕਰੋ ਇੱਥੇ ਬਹੁਤ ਪੋਟੈਂਸ਼ੀਅਲ ਹੈ ਗਰੋ ਕਰਨ ਦਾ ਤੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਇੱਕ ਸੁਨੇਹਾ ਹੋਰ ਮੈਂ ਦੇਣਾ ਚਾਹੁੰਦਾ ਵਰਲਡ ਵਾਈਡ ਕੈਰੀਅਰਸ ਦੇ ਵੱਲੋਂ ਸਾਨੂੰ ਡਰਾਈਵਰਾਂ ਦੀ ਤੇ ਓਨਰ ਆਪਰੇਟਰਾਂ ਦੀ ਲੋੜ ਹੈ ਸਾਡੇ ਟੋਰੋਂਟੋ ਦੇ ਵਿੱਚ ਬੋਲਟਨ ਦੇ ਵਿੱਚ ਟਰਮੀਨਲ ਹੈ ਸਾਡਾ ਲੰਡਨ ਅੰਟਾਰੀਓ ਦੇ ਵਿੱਚ ਟਰਮੀਨਲ ਹੈ ਸੇਂਟ ਥੋਮਸ ਦੇ ਵਿੱਚ ਸਾਡਾ ਨਿਊ ਬ੍ਰੰਜ਼ਵਿਕ ਦੇ ਵਿੱਚ ਟਰਮੀਨਲ ਹੈ ਮਾਊਂਟਨ ਦੇ ਵਿੱਚ ਜੇ ਕੋਈ ਡਰਾਈਵਰ ਜਾਂ ਓਨਰ ਆਪਰੇਟਰ ਨੋਵਾ ਸਕੋਸ਼ੀਆ ਤੋਂ ਸ਼ੁਰੂ ਕਰਨਾ ਚਾਹੁੰਦਾ ਸਾਡੇ ਕੋਲ ਨੋਵਾ ਸਕੋਸ਼ੀਆ ਦੇ ਵਿੱਚ ਵੀ ਅਸੀਂ ਪਲਾਨ ਕਰ ਰਹੇ ਹਾਂ ਟਰਮੀਨਲ ਓਪਨ ਕਰਨ ਦੀ ਸਾਡੇ ਕੋਲ ਵਿਨੀਪੈਗ ਦੇ ਵਿੱਚ ਟਰਮੀਨਲ ਹੈਗਾ ਕੈਲਗਰੀ ਦੇ ਵਿੱਚ ਸਾਡੇ ਕੋਲ ਸਪੋਟਸ ਹੈਗੀਆਂ ਪਾਰਕਿੰਗ ਵਾਸਤੇ ਸੋ ਅਸੀਂ ਹਰ ਪਾਸਿਓਂ ਦੀ ਕੰਮ ਸ਼ੁਰੂ ਕਰਾ ਸਕਦੇ ਹਾਂ ਅਤੇ ਅਕੋਰਡਿੰਗਲੀ ਮੈਨੇਜ ਕਰ ਸਕਦੇ ਹਾਂ ਕ੍ਰੋਸ ਬਾਰਡਰ ਵਰਕ ਵਾਸਤੇ ਕੈਨੇਡਾ ਵਾਈਡ ਵਰਕ ਵਾਸਤੇ ਸਾਨੂੰ ਕੰਟੈਕਟ ਕੰਮ ਕੋਈ ਸੌਖਾ ਨਹੀਂ ਹੁੰਦਾ ਪਰ ਕੰਟਰੀ ਇੰਨੀ ਵਧੀਆ ਹੈਗੀ ਹੈ ਕੋਈ ਵੀ ਕੰਮ ਫੜ ਲਵੋ ਸੌਖਾ ਹੋ ਜਾਂਦਾ ਪਹਿਲਾਂ ਔਖਾ ਲੱਗਦਾ ਆ ਇਨਫੋਰਮੇਸ਼ਨ ਸਾਰੀ ਸਾਰੀ ਮਿਲ ਜਾਂਦੀ ਹੈ ਚਾਹੇ ਸੇਫਟੀ ਵੱਲੋਂ ਚਾਹੇ ਕੰਪਨੀ ਵੱਲੋਂ ਪਰ ਰੂਲਸ ਐਂਡ ਰੈਗੂਲੇਸ਼ਨ ਚੱਲੂਗੇ ਵਧੀਆ ਪੈਸੇ ਤਾਂ ਵਧੀਆ ਜ਼ਿੰਦਗੀ ਜੀ ਸਕੂਗੇ ਸੋ ਤੁਸੀਂ ਸੇਫਟੀ ਦਾ ਕੰਮ ਕਰਦੇ ਹੋ ਕੰਪਲਾਈਂਸ ਦਾ ਟ੍ਰੇਨਿੰਗ ਵੀ ਦਿੰਦੇ ਹੋ ਕਿਸੇ ਕੰਪਨੀ ਟ੍ਰੇਨਿੰਗ ਵੀ ਦਿੰਦੀ ਜੇ ਕਿਸੇ ਟ੍ਰੇਨਿੰਗ ਦੀ ਵੀ ਲੋੜ ਹੋਵੇ ਹਾਂਜੀ ਬਿਲਕੁਲ ਹੈਲਪ ਕਰਦੇ ਹਾਂ ਜੇ ਕਿਸੇ ਦੀ ਕੋਈ ਵੀ ਪੁਆਇੰਟ ਵੀਕ ਹੈ ਅਸੀਂ ਆਫਿਸ ਦੇ ਵਿੱਚ ਹੀ ਕੰਪਿਊਟਰ ਵਗੈਰਾ ਸੈਟਅਪ ਕੀਤੇ ਹੋਏ ਆ ਅਸੀਂ ਉੱਥੇ ਤੁਹਾਡੀ ਹੈਲਪ ਕਰ ਸਕਦੇ ਹਾਂ ਕਿਸੇ ਦਾ ਜੇ ਕੋਈ ਵੀ ਡਰਾਈਵਿੰਗ ਵੱਲੋਂ ਐਸਪੈਕਟ ਵੀਕ ਹੈ ਸਾਡੇ ਕੋਲ ਟ੍ਰੇਨਰ ਹੈਗੇ ਕੰਪਨੀ ਦੇ ਵਿੱਚ ਕਿਸੇ ਨੂੰ ਬੈਕ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਰੂਟ ਟੈਸਟ ਦੇ ਵਿੱਚ ਇਹ ਚੀਜ਼ਾਂ ਜੱਜ ਕਰ ਲੈਂਦੇ ਹਾਂ ਅਤੇ ਬੰਦੇ ਨੂੰ ਜਿਹੜੇ ਫੀਲਡ 'ਚ ਕੰਮ ਦੀ ਲੋੜ ਹੈ ਉਹਦੇ 'ਤੇ ਉੱਥੇ ਮਿਹਨਤ ਕਰਾਉਂਦੇ ਹਾਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ ਪਨੀਰ ਜੀ ਤੁਹਾਨੂੰ ਆਪਾਂ ਕੰਪਨੀ ਵਿੱਚ ਜਾ ਕੇ ਜ਼ਰੂਰ ਮਿਲਾਂਗੇ ਸਾਨੂੰ ਵੀ ਕਾਫੀ ਇਨਫੋਰਮੇਸ਼ਨ ਦੀ ਲੋੜ ਪੈਂਦੀ ਰਹਿੰਦੀ ਹੈ ਕਿਉਂਕਿ ਇਨਫੋਰਮੇਸ਼ਨ ਸਾਂਝ ਪਾਵਾਂਗੇ ਤਾਂ ਕਿਸੇ ਨੂੰ ਦੇਵਾਂਗੇ ਤਾਂ ਹੀ ਸੇਫ ਤਰੀਕੇ ਨਾਲ ਚੱਲ ਸਕਦੇ ਆ ਪਰ ਜੀ ਹੋਰ ਦੱਸੋ ਕਿੱਦਾਂ ਇੰਡੀਆ ਦੇ ਟ੍ਰਿਪ ਵਧੀਆ ਰਹੇ ਬਹੁਤ ਵਧੀਆ ਮੇਲੇ ਲੱਗ ਰਹੇ ਆ ਬਹੁਤ ਕੁਛ ਹੋ ਰਿਹਾ ਇੱਥੇ ਇੱਕ ਮੇਲਾ ਲੱਗਿਆ ਹੋਇਆ ਜਿਹਨੂੰ ਮਿਲਦੇ ਆ ਕਹਿੰਦੇ ਯਾਰ ਮਸੀ ਦਾ ਮਸੀ ਮਿਲੇ ਆ ਕੋਵਿਡ ਤੋਂ ਬਾਅਦ ਕੋਵਿਡ ਟਾਈਮ ਬਿਜ਼ਨਸ ਕਰਨਾ ਕੋਈ ਸੌਖਾ ਹੈ ਤਾਂ ਬੜਾ ਔਖਾ ਸੀਗਾ ਬਿਜ਼ਨਸ ਕਿੱਦਾਂ ਕਰਨਾ ਠੀਕ ਹੈ ਹੋ ਰਿਹਾ ਠੀਕ ਠਾਕ ਠੀਕ ਹੈ ਨਾ ਟੂ ਬੈਡ ਰੇਟ ਮਿਲ ਰਹੇ ਆ ਰੇਟ ਤਾਂ ਮਿਲ ਰਹੇ ਆ ਪਰ ਕੂਪਨ ਨਹੀਂ ਮਿਲ ਰਿਹਾ ਸਭ ਤੋਂ ਵੱਡੀ ਮੁਸ਼ਕਲ ਇਹੀ ਆ ਵੀ ਪਾਰਟਸ ਨਹੀਂ ਮਿਲ ਰਹੇ ਟਰੱਕਾਂ ਦੇ ਤੇ ਪਾਰਟਸ ਤੋਂ ਬਿਨਾ ਉਹ ਟਰੱਕ 6-6 ਮਹੀਨੇ ਤੋਂ ਖੜੇ ਆ ਵਿੱਚ ਜੀ 6-6 ਮਹੀਨੇ ਖੜੇ ਟਰੱਕਾਂ ਨੂੰ ਪਾਰਟਸ ਨਹੀਂ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਹੈਗੀ ਆ ਤੇ ਕਹਿੰਦੇ ਆ ਵੀ ਸਾਲ ਤੱਕ ਸੋਲਵ ਹੋ ਜਾਊਗੀ ਮੈਨੂਫੈਕਚਰਿੰਗ ਦੁਆਰਾ ਸ਼ੁਰੂ ਹੋ ਜਾਵੇਗੀ ਸੋ ਹੋ ਜਾਵੇ ਤਾਂ ਵਧੀਆ ਕਿਉਂਕਿ ਇਕਨੋਮੀ ਵੀ ਜੇ ਚੱਕੇ ਚੱਲਦੇ ਨੇ ਟਾਇਰਾਂ ਦੇ ਤਾਂ ਹੀ ਚੱਲਦੀ ਆ ਜੇ ਟਰੱਕਾਂ ਦੇ ਟਾਇਰ ਚੱਲਦੇ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬੈਸਟ ਆਫ ਲੱਕ ਫਿਰ ਮਿਲਦੇ ਹਾਂ ਵੱਖ ਵੱਖ ਟਾਈਮ 'ਤੇ ਸਤਿ ਸ਼੍ਰੀ ਅਕਾਲ ਜੀ